ਭਗਤ ਸਿੰਘ ਰਾਜਗੁਰ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਅੰਮ੍ਰਿਤਸਰ ਜ਼ਿਲ੍ਹਾ ਦੇ ਹਜ਼ਾਰਾਂ ਨੌਜਵਾਨਾਂ, ਲੜਕੀਆਂ ਅਤੇ ਵਡੇਰੀ ਉਮਰ ਦੇ ਲੋਕਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਅਹਿਦ ਲਿਆ। ਟ੍ਰੇਨਰਾਂ ਨੂੰ ਬੁਲਾਇਆ ਜਾਏਗਾ, ਜਿਹੜੇ ਡੈਪੋ ਬਣਾਏ ਗਏ ਆ ਉਹਨਾਂ ਨੂੰ ਇਸ ਲਈ ਮੋਟੀਵੇਸ਼ਨ ਲੈਕਚਰ ਦੇ ਕੇ ਤਿਆਰ ਕੀਤਾ ਜਾਏਗਾ ਤਾਂ ਕਿ ਉਹ ਆਪਣੇ ਪਿੰਡ ਨੂੰ, ਮੁਹੱਲੇ ਨੂੰ ਤੇ ਆਪਣੇ ਲਾਗੇ ਦੇ ਸ਼ਹਿਰ ਨੂੰ ਨਸ਼ਾ ਮੁਕਤ ਕਰ ਸਕਣ। ਜਿਹੜੇ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਦੇ ਦੇਖੋ, ਇਨਫੋਰਮੇਸ਼ਨ ਜਦੋਂ 20 ਤੋਂ 30 ਬੰਦਾ ਪਿੰਡਾਂ 'ਚ ਜੁੜ ਜਾਂਦਾ ਨਾ, ਤੇ ਜਿਹੜਾ ਇਨਫੋਰਮੇਸ਼ਨ ਦੇਣਾ ਇਸ ਪ੍ਰੋਸੈਸ ਹੀ ਖਤਮ ਹੋ ਜਾਣਾ। ਆਵਾਮ ਜਦੋਂ ਆਵਾਜ਼ ਚੱਕ ਲੈਂਦਾ, ਕੋਈ ਮਾੜਾ ਬੰਦਾ ਰਹਿ ਨਹੀਂ ਸਕਦਾ ਪਿੰਡ 'ਚ। ਦੇਖੋ, ਪੰਜਾਬ ਸਰਕਾਰ ਦਾ ਇੱਕ ਅੱਛਾ ਪ੍ਰੋਗਰਾਮ ਹੈ ਨਸ਼ਿਆਂ ਦੇ ਵਿਰੁੱਧ। ਪੂਰਾ ਪੰਜਾਬ ਸਹੁੰ ਚੁੱਕ ਰਿਹਾ, ਉਹ ਵੀ ਭਗਤ ਸਿੰਘ ਜੀ ਦੇ ਦਿਨ ਤੇ। ਪਰ ਮੈਂ ਮੰਨਦੀ ਹਾਂ ਕਿ ਜਿਹੜੀਆਂ ਸਰਕਾਰਾਂ ਸ਼ਰਾਬ ਪਿਲਾਉਂਦੀਆਂ ਤੇ ਪੀਂਦੀਆਂ, ਉਹਨਾਂ ਦੇ ਕਹਿਣ ਨਾਲ ਬਾਕੀ ਨਸ਼ੇ ਬੰਦ ਨਹੀਂ ਹੋਣੇ। ਨਸ਼ਾ ਪਹਿਲੀ ਸ਼ਰਾਬ ਪਹਿਲੀ ਪੌੜੀ ਹੈ ਨਸ਼ਿਆਂ ਦੀ, ਬਾਕੀ ਸਾਰੇ ਬਾਅਦ ਵਿੱਚ ਲੱਗਦੇ ਹੈ। ਤੇ ਅਮਰਿੰਦਰ ਸਿੰਘ ਜੀ ਨੇ ਜੋ ਕੀਤਾ ਹੈ ਨਾ, ਬਹੁਤ ਅੱਛਾ ਹੈ, ਲੇਕਿਨ ਇਹ ਅਧੂਰਾ ਹੈਗਾ। ਅਗਰ ਅਸੀਂ ਇਹ ਤੱਕਦੇ ਰਹੀਏ ਕਿ ਸ਼ਰਾਬ ਦੀ ਕਮਾਈ ਤੇ ਖਾਈ ਜਾਈਏ ਤੇ ਬਾਕੀਆਂ ਨੂੰ ਫੜ ਫੜ ਕੇ ਅੰਦਰ ਪਾਈ ਜਾਈਏ, ਇੱਦਾਂ ਨਹੀਂ ਸੁਧਰਨ ਵਾਲਾ ਪੰਜਾਬ। ਜਿਹੜੀ ਗਲਤ ਜਿਹੜੀ ਲੋਕਾਂ ਨੂੰ ਹੈਬਿਟ ਪੈ ਜਾਂਦੀ ਆ ਕਿਸੇ ਨਾ ਕਿਸੇ ਕਾਰਨ ਕਰਕੇ ਨਸ਼ੇ ਦੀ, ਇਹਦੇ ਤੋਂ ਜਿਹੜੇ ਚਾਹੁੰਦੇ ਆ ਕਿ ਮੁਕਤੀ ਪ੍ਰਾਪਤ ਹੋਣੀ ਚਾਹੀਦੀ ਹੈ, ਉਹ ਲੋਕ ਜਿਸ ਵੇਲੇ 'ਚ ਸ਼ਮੂਲੀਅਤ ਕਰਨਗੇ ਤਾਂ ਬਿਲਕੁਲ ਕਾਮਯਾਬੀ ਮਿਲੂਗੀ। ਔਰ ਐਡਾ ਵੱਡਾ ਜਿਹੜਾ, ਐਡੀ ਵੱਡੀ ਮੁਹਿੰਮ ਮੇਰਾ ਖਿਆਲ ਦੁਨੀਆ 'ਚ ਕਿਤੇ ਨਹੀਂ ਵਿੱਢੀ ਗਈ ਨਸ਼ੇ ਦੇ ਵਿਰੁੱਧ, ਅਤੇ ਇਹਦੇ 'ਚ ਬਿਲਕੁਲ ਇਨਸ਼ੋਰਡ ਹੈ ਵੀ ਕਾਮਯਾਬੀ ਮਿਲੂਗੀ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।